ਨਗਾਰਾ ਟੀਵੀ ਤੇ ਤੁਹਾਡਾ ਸਵਾਗਤ ਹੈ। ਔਰ ਇਸ ਵਕਤ ਅਸੀਂ ਅੰਮ੍ਰਿਤਸਰ ਵਿੱਚ ਭੰਡਾਰੀ ਪੁੱਲ ਤੇ ਹਾਂ, ਜਿੱਥੇ ਤੁਸੀਂ ਦੇਖ ਸਕਦੇ ਜੋ ਅੰਮ੍ਰਿਤਸਰ ਦਾ ਪੂਰਾ ਪ੍ਰੈਸ ਭਾਈਚਾਰਾ ਜਿਹੜਾ ਵਾ ਇਕੱਠਾ ਹੋਇਆ ਪਿਆ ਵਾ। ਔਰ ਪ੍ਰੈਸ ਭਾਈਚਾਰੇ ਦੇ ਨਾਲ ਨਾਲ ਅਲੱਗ ਅਲੱਗ ਸਿਆਸੀ ਪਾਰਟੀਆਂ ਦੇ ਜਿਹੜੇ ਆਗੂ ਉਹ ਵੀ ਇੱਥੇ ਸ਼ਾਮਿਲ ਹੋਏ ਆ, ਕਿਉਂਕਿ ਪਿਛਲੇ ਦਿਨ ਡਾਕਟਰ ਬਲਜਿੰਦਰ ਸਿੰਘ ਹਮਦਰਦ ਉੱਪਰ ਜਿਹੜੀ ਆ FIR ਜਿਹੜੀ ਆ ਉਹ ਕੱਟੀ ਜਾਂਦੀ ਹੈਗੀ ਆ, ਜਿਹਦੇ ਵਿਰੋਧ ਵਿੱਚ ਅੱਜ ਜਿਹੜਾ ਹੈਗਾ ਵਾ ਇੱਥੇ ਸਾਰਾ ਪ੍ਰੈਸ ਭਾਈਚਾਰਾ ਜਿਹੜਾ ਵਾ ਇਕੱਠਾ ਹੋਇਆ ਪਿਆ ਵਾ। ਔਰ ਇੱਥੇ ਬੋਲਦੇ ਹੋਏ ਸਾਰੇ ਆਗੂਆਂ ਦਾ ਕਹਿਣਾ ਸੀ ਕਿ ਪਿਛਲੇ ਕਾਫੀ ਲੰਮੇ ਸਮੇਂ ਤੋਂ ਜਿਹੜਾ ਹੈਗਾ ਵਾ ਲੋਕਤੰਤਰ ਦਾ ਚੌਥਾ ਥੰਮ ਪ੍ਰੈਸ ਜਿਹੜੀ ਹੈਗੀ ਆ ਉਹਦੇ ਉੱਪਰ ਜਿਹੜਾ ਵਾ ਲਗਾਤਾਰ ਪੰਜਾਬ ਸਰਕਾਰ ਵੱਲੋਂ ਜਿਹੜੇ ਹੈਗੇ ਆ ਇਹਦੇ ਉੱਪਰ ਹਮਲੇ ਕੀਤੇ ਜਾ ਰਹੇ ਸੀ ਜੋ ਜਿਹੜੇ ਆ ਬਰਦਾਸ਼ਤ ਨਹੀਂ ਕੀਤੇ ਜਾਣਗੇ। ਔਰ ਇਹਦੇ ਵਿਰੋਧ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਜਿਹੜਾ ਵਾ ਉਹ ਪੁਤਲਾ ਜਿਹੜਾ ਹੈਗਾ ਵਾ ਉਹ ਹਾਲ ਗੇਟ ਦੇ ਬਾਹਰ ਜਿਹੜਾ ਵਾ ਸਾੜਿਆ ਗਿਆ ਵਾ। ਤੁਸੀਂ ਸਾਡੇ ਨਾਲ ਬਣੇ ਰਹੋ ਔਰ ਤਸਵੀਰਾਂ ਜਿਹੜੀਆਂ ਵਾ ਇਹ ਦੇਖੋ। ਉਹਨਾਂ ਦੇ ਖਿਲਾਫ਼ ਪਰਚਾ ਦਰਜ ਕਰ ਦਿੱਤਾ ਗਿਆ ਹੈ। ਅਸੀਂ ਇਸ ਮੰਚ 'ਤੇ ਸਾਰੇ ਇਕੱਠੇ ਹੋਏ ਅਜੀਤ ਅਖਬਾਰ ਦੇ ਨਾਲ, ਅਸੀਂ ਦੀ ਪ੍ਰੈਸ ਕਲੱਬ ਆਫ ਅੰਮ੍ਰਿਤਸਰ ਦਾ 450 ਪੱਤਰਕਾਰ ਹੈ ਜਿਸਦੀ ਅਸੀਂ ਨੁਮਾਇੰਦਗੀ ਕਰ ਰਹੇ ਹਾਂ। ਔਰ ਪੂਰਾ ਭਰੋਸਾ ਦਿਵਾਉਣਾ ਇੱਥੇ ਆਏ ਹਾਂ ਕਿ ਇਸ ਢੰਗ ਨਾਲ ਅਸੀਂ ਖੜ੍ਹੇ ਰਹਾਂਗੇ ਔਰ ਜਦ ਤੱਕ ਪਰਚਾ ਦਰਜ ਜਿਹੜਾ ਕੀਤਾ ਗਿਆ ਉਹ ਰੱਦ ਨਹੀਂ ਹੁੰਦਾ ਉਦੋਂ ਤੱਕ ਅਸੀਂ ਇਸੇ ਤਰੀਕੇ ਨਾਲ ਆਪਣਾ ਰੋਸ ਜ਼ਾਹਿਰ ਕਰਦੇ ਰਹਾਂਗੇ। ਔਰ ਇਹ ਜਿਹੜਾ ਰੋਸ ਹੈ ਇਹ ਹੋਰ ਪਰਚਾ ਨਹੀਂ ਕਰਦਾ ਜੇ ਛੇਤੀ ਹੀ ਇਹ ਪਰਚਾ ਜਿਹੜਾ ਦਰਜ ਕੀਤਾ ਗਿਆ ਉਸਨੂੰ ਰੱਦ ਨਾ ਕੀਤਾ ਗਿਆ। ਸਰ ਸਰਕਾਰ ਕਿਸੇ ਹੋਰ ਅਦਾਰੇ ਨੂੰ ਹੱਥ ਪਾ ਸਕਦੀ ਹੈ? ਦੇਖੋ ਭਾਵੇਂ ਕੋਈ ਵੀ ਅਦਾਰਾ ਹੋਵੇ ਮੈਡਮ ਜੀ ਆ ਲਾਓ ਜਰਾ ਆ ਦੋ ਗੋਲ ਚੱਲਣ ਦੀ ਹੈਪੀ ਹੋਏ